ਕੈਲਾਸ਼। ਅੱਛਾ, ਰਾਵੀਅਨਸ ਕਹਿੰਦੇ ਨੇ ਜਿਹੜੇ ਗਵਰਨਮੈਂਟ ਕਾਲਜ ਲਾਹੌਰ ਦੇ ਪੜ੍ਹੇ ਨੇ ਲੋਕ, ਰਾਵੀਅਨਸ ਟਰੈਕਰਸ ਗਰੁੱਪ, ਅਤੇ ਅਸੀਂ ਜਿਹੜੇ ਨਾ ਜੂਨੀਅਰ ਸੀਨੀਅਰ ਕਲਾਸਾਂ ਦੇ ਲੋਕ ਨਾ, ਰਾਵੀਅਨਸ ਟਰੈਕਰਸ ਗਰੁੱਪ ਇੱਕ ਬਣਾਇਆ ਹੋਇਆ ਸੀ ਅਤੇ ਅਸੀਂ ਆਉਂਦੇ ਜਾਂਦੇ ਸੀ ਅਤੇ ਬਹੁਤ ਜ਼ਿਆਦਾ ਟਰੈਕ ਕਰਦੇ ਸੀ ਜ਼ਿਆਦਾ। ਔਰ ਇਹਦੇ ਵੀ ਅਸੀਂ ਚਤਰਾਲ ਤੋਂ ਕਫਰਸਤਾਨ ਨੂੰ, ਜਾਂ ਜਿਹਨੂੰ ਤੁਸੀਂ ਉਹ ਕਹਿ ਲਓ ਕਿ ਕੈਲਾਸ਼ ਨੂੰ, ਮੈਂ ਵੀ ਕਫਰਸਤਾਨ ਹੀ ਕਿਹਾ ਕਿਉਂਕਿ ਇੰਨਾ ਪਾਪੂਲਰ ਹੈ, ਕੈਲਾਸ਼ ਵੱਲੋਂ ਬਕਾਇਦਾ ਟਰੈਕ ਕੀਤਾ। ਔਰ ਟਰੈਕ ਉਸ ਤੋਂ ਬਾਅਦ ਉਹਦੀਆਂ ਤਿੰਨ ਵਾਦੀਆਂ ਨੇ, ਵਾਦੀ ਤੋਂ ਵਾਦੀ ਜਿਹੜਾ ਨਾ ਕ੍ਰੋਸ ਕਰਨਾ ਪੈਂਦਾ ਤੁਹਾਨੂੰ ਇੱਕ ਪਾਸ, ਔਰ ਪਾਸ ਕ੍ਰੋਸ ਕਰਕੇ ਗਏ। ਅੱਛਾ, ਇੱਕ ਪਾਸ ਕ੍ਰੋਸ ਕਰਕੇ ਅਸੀਂ ਇੱਕ ਟੀਚਰ ਦੇ ਘਰ ਠਹਿਰੇ ਸੀ, ਉਹ ਮੁਸਲਮਾਨ ਟੀਚਰ ਸੀ। ਅਸੀਂ ਉੱਥੇ ਹੋਟਲ ਕੋਈ ਨਹੀਂ ਸੀ, ਇੱਕ ਬੰਬਰੀ ਅਤੇ ਇੱਕ ਬਰੀ ਰੇਗਾ, ਉੱਥੇ ਹੋਟਲ ਕੋਈ ਨਹੀਂ ਹੈ। ਉਹਦੇ ਕੋਲ ਅਸੀਂ ਠਹਿਰ ਗਏ, ਉਹਨੂੰ ਪੁੱਛਿਆ ਕਿ ਰਾਤ ਤੁਸੀਂ ਜ਼ਾਹਰ ਕਾਫੀ ਦੇਰ ਹੋ ਗਈ ਸੀ, ਆਮ ਜੋ ਤਰੀਕਾ ਸਾਡਾ ਨਾ, ਅਤੇ ਮੇਰੇ ਦੋਸਤ ਨੇ ਪੁੱਛਿਆ, ਕਹਿੰਦਾ ਜੀ ਤੁਸੀਂ ਇਹਨਾਂ ਨੂੰ ਕਹਿੰਦੇ ਜੀ ਮੁਸਲਮਾਨ ਹੋ ਜਾਓ, ਉਹਨੇ ਕਿਹਾ ਜੀ ਕਹਿੰਦੇ ਹਾਂ। ਉਹ ਸਾਨੂੰ ਅੱਗਿਓਂ ਜਵਾਬ ਦਿੰਦੇ ਨੇ ਕਿ ਕਾਹਦੇ ਲਈ ਹੋ ਜਾਈਏ, ਚੋਰੀ ਸਾਡੇ ਨਹੀਂ ਹੁੰਦੇ, ਤੁਹਾਡੇ ਹੁੰਦੀ ਹੈ, ਝੂਠ ਸਾਡੇ ਨਹੀਂ ਕੋਈ ਬੋਲਦਾ, ਕੋਈ ਬੋਲਦਾ ਦੱਸਦਾ, ਕੋਈ ਔਰਤ ਗੈਰ ਮਹਿਫੂਜ਼ ਨਹੀਂ, ਆ ਤੁਰੀਆਂ ਫਿਰਦੀਆਂ ਨੇ ਸਾਰੀਆਂ, ਆਪਣੀ ਮਰਜ਼ੀ ਦੇ ਨਾਲ ਛਾਦੀਆਂ ਹੁੰਦੀਆਂ ਨੇ ਉਹਨਾਂ, ਅਸੀਂ ਤੁਹਾਡੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ, ਤੁਸੀਂ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ। ਉੱਥੇ ਬਹੁਤ ਬੜਾ ਇਸ਼ੂ ਹੈ ਕਿ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰੀ ਜਾ ਰਹੇ ਨੇ। ਉਹਨੇ ਕਿਹਾ ਲੜਾਈ ਸਾਡੇ ਨਹੀਂ ਹੁੰਦੀ, ਸਾਡੇ ਕੋਈ ਥਾਣਾ ਨਹੀਂ ਹੈ, ਕੋਈ ਕਚਹਿਰੀ ਨਹੀਂ ਹੈ, ਤੁਸੀਂ ਜ਼ਰਾ ਦੋ ਤਿੰਨ ਵਜ੍ਹਾ ਦੱਸ ਦਿਓ ਕਾਹਦੇ ਲਈ ਮੁਸਲਮਾਨ ਹੋ ਜਾਈਏ। ਕਹਿੰਦਾ ਜੀ ਕੋਈ ਜਵਾਬ ਨਹੀਂ ਸਰ। ਹਾਂ, ਇਹ ਖਾਤੂਨ ਜਿਹੜੀ ਹੈ, ਇਹ ਇਹ ਹੱਥ ਦੇ ਨਾਲ ਉਹ ਬਣਾਉਂਦੇ ਨੇ, ਇਹਨੂੰ ਪੱਟੂ ਕਹਿੰਦੇ ਨੇ। ਹੁਣ ਜਿਹੜੇ ਬੰਦੇ ਨੇ ਨਾ, ਉਹ ਇਸ ਤਰ੍ਹਾਂ ਦੇ ਇੰਨੇ ਨਫੀਸ ਔਰ ਸ਼ਾਨਦਾਰ ਨਹੀਂ ਹੈ, ਉਹਦੇ ਕਈ ਪਲਾਸਟਿਕ ਯੂਜ਼ ਹੋ ਗਏ ਕੋਲ। ਔਰ ਇਹਦੀ ਖੈਰ ਇਹਦੀ ਬੇਟੀ ਬਿਮਾਰ ਸੀ, ਜੇ ਕੋਈ ਅਸੀਂ ਕੋਲ ਨਾ ਥੋੜ੍ਹਾ ਮੈਡੀਸਨਸ ਹੁੰਦੀਆਂ ਨੇ, ਉਹ ਇਹਨੂੰ ਦਿੱਤਾ, ਔਰ ਇਹਨੇ ਇੱਕ ਬਾਰੀਕ ਪੱਟੂ ਜਿਹੜਾ ਨਾ ਉਹ ਮੈਨੂੰ ਗਿਫਟ ਕੀਤਾ ਸੀ, ਔਰ ਬਾਕੀ ਚਾਏ ਵਗੈਰਾ ਅਤੇ ਉਹ ਜ਼ਾਹਰ ਜੀ। ਇਹ ਇਹ ਜ਼ਰਾ ਦੇਖਣਾ ਤੁਸੀਂ, ਯਾਨੀ ਬੌਂਡ ਅੰਦਾਜ਼ਾ ਕਰੋ ਕਿ ਬੱਚਿਆਂ ਦੇ ਨਾਲ ਕੈਸਾ ਬੌਂਡ ਹੈ, ਔਰ ਸਜਿਆ ਕਿੱਦਾਂ ਹੈ ਬੱਚਾ, ਹਾਲਾਂਕਿ ਉਹ ਘਰ ਬੈਠੀ ਹੈ ਵਕਤ। ਉਸ ਵੇਲੇ ਇਹ ਸੀਗਾ ਕਿ ਅਸੀਂ ਜਾ ਕੇ ਨਾ ਤਸਵੀਰਾਂ ਬਣਾ ਲੈਂਦੇ ਸੀ ਔਰ ਮਾਇੰਡ ਨਹੀਂ ਸੀ ਕਰਦੇ, ਹੁਣ ਨਹੀਂ, ਹੁਣ ਤਾਂ ਲੋਕ ਉਹ ਹੁਣ ਉਹਨਾਂ 'ਤੇ ਵੀ ਆ ਗਿਆ ਨਾ ਪੈਸਾ ਦੇ ਔਰ ਫਲਾਂ, ਔਰ ਦੂਸਰਾ ਲੋਕ ਜਾ ਕੇ ਬਦਤਮੀਜ਼ੀ ਬਹੁਤ ਕਰਦੇ ਨੇ, ਲੋਕਾਂ ਨੂੰ ਉਹ ਨਹੀਂ ਹੈ, ਸ਼ੌਰ ਨਹੀਂ ਹੈ, ਔਰ ਉਹ ਜਾਂਦੇ ਹੀ ਜਿਹੜਾ ਨਾ ਉਹ, ਅਸੀਂ ਜਦੋਂ ਤੀਸਰੀ ਦਫ਼ਾ ਗਏ ਨਾ, ਸਾਡੇ ਨਾਲ ਕੁਛ ਲੋਕ ਜਿਹੜੇ ਨਾ ਇੱਧਰ ਉੱਧਰ ਆ ਗਏ, ਅਤੇ ਉਹਨਾਂ ਨੇ ਉਹਨੇ ਇੱਕ ਸਾਰੇ ਬੱਚੇ ਸਾਡੇ ਬੈਠੇ, ਉਹਨੇ ਖਾਤੂਨ ਦੇ ਨਾ ਉਹ ਕੰਨਾਂ ਨੂੰ ਹੱਥ ਲਾਉਣਾ ਸ਼ੁਰੂ ਕਰਤਾ, ਉਹ 'ਤੇ ਕੋਈ ਬਾਲੀ ਵਾਲੀ ਪਾਈ ਸੀ, ਉਹਨੇ ਥੱਪੜ ਮਾਰਿਆ, ਉਹਨੇ ਕਿਹਾ ਤੂੰ ਇਨਸਾਨ, ਔਰ ਉਹਦੇ ਨਾਲ ਸਾਡੀ ਬੇਇੱਜ਼ਤੀ ਕਿੰਨੀ ਹੋਈ। ਔਰ ਉਹਨਾਂ ਨੂੰ ਮਤਲਬ ਇੱਕ ਸਮਝਦੇ ਨੇ ਕਿ ਤੁਸੀਂ ਈਜ਼ੀ ਕੋਈ ਚੀਜ਼ ਹੈ, ਔਰ ਇਟਸ ਜਸਟ ਐਟੀਚਿਊਡ ਆਫ ਦ ਨੇਸ਼ਨ, ਸੋ ਇਹਦੇ ਤੋਂ ਜ਼ਰਾ ਜਿਹੜਾ ਨਾ ਹੋਇਆ। ਹਾਂਜੀ, ਇਹ ਦੇਖੋ ਨਾ ਇਹਨਾਂ ਦਾ ਕਲਚਰ, ਤੁਸੀਂ ਯੂ ਕੈਨ ਇਮੈਜਿਨ ਕਿ ਔਰ ਅੱਛਾ, ਅਸਲ ਗੱਲ ਹੈ ਕਿ ਇਹ
ਤੁਸੀਂ ਹੁਣ ਜਾ ਕੇ ਲੱਭੋਗੇ ਨਾ ਸ਼ਾਇਦ ਸ਼ਾਇਦ ਨਹੀਂ ਮਿਲੇਗਾ। ਇਹਦੀ ਵਜ੍ਹਾ ਕਿ ਤਕਰੀਬਨ 10 ਸਾਲ 12 ਸਾਲ ਪਹਿਲੇ ਦੀਆਂ ਚੀਜ਼ਾਂ ਨੇ, ਲੇਕਿਨ ਸੇਫ ਹੋਇਆ ਜੀ। ਇਹ ਦੇਖੋ ਉਹਨਾਂ ਦੇ ਸਾਰੀਆਂ ਚੀਜ਼ਾਂ, ਇਹ ਉਹਨਾਂ ਦੇ ਘਰ, ਇਹ ਤਾਂ ਹਜੇ ਵੀ ਹੈਗੇ ਨੇ, ਲੇਕਿਨ ਉੱਥੇ ਵੀ ਹੁਣ ਉਹਨਾਂ ਦੇ ਜਿਹੜੇ ਨਾ ਉਹ ਆ ਗਏ ਨੇ, ਲੀਡਰਸ਼ਿਪ ਹੋ ਗਈ ਹੈ। ਇੱਥੋਂ ਇਸਲਾਮਾਬਾਦ ਤੋਂ ਵੀ ਇੱਥੋਂ ਉਹਨਾਂ ਨੇ ਵੱਡੇ ਵੱਡੇ ਘਰ ਬਣਾ ਲਏ ਨੇ, ਉਹ ਜਨਾਬ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਲੀਡਰਸ਼ਿਪ ਪ੍ਰੋਡਿਊਸ ਕਰ ਦਿੱਤੀ ਹੈ, ਤਾਂ ਕਿ ਉੱਥੇ ਵੋਟ ਤਾਂ ਉਹਨਾਂ ਦੇ ਬਣੇ ਨੇ ਨਾ, ਤਾਂ ਕਿ ਉਹਨਾਂ ਦੇ ਵੋਟ ਲੈ ਜਾਵੇ। ਪਰ ਹਾਂਜੀ ਜੀ, ਇਹ ਸੀ ਕੈਲਾਸ਼।